ਆਵਾਦਵੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਵੀ ਦੇ ਸਮਨਾ ਤੇ 에ਜੰਸੀ ਮੂਹਰੇ ਪੇਸ਼ ਨਹੀਂ ਹੋਣਗੇ ਕਿਉਂਕਿ ਈਡੀ ਦੇ ਸਮਨਾ ਤੋਂ ਬਚਦੇ ਅਰਵਿੰਦ ਕੇਜਰੀਵਾਲ ਕੱਲ ਹੀ ਪੰਜਾਬ ਦੇ ਹੁਸ਼ਿਆਰਪੁਰ ਦੇ ਧਿਆਨ ਕੇਂਦਰ ਦੇ ਵਿੱਚ 10 ਦਿਨ ਖਾਤਰ ਪਹੁੰਚ ਗਏ ਨੇ ਪਿਛਲੇ ਨਵੰਬਰ ਮਹੀਨੇ ਵੀ ਅਰਵਿੰਦ ਕੇਜਰੀਵਾਲ ਨੂੰ ED ਨੇ ਸੱਦਿਆ ਸੀ ਉਦੋਂ ਵੀ ਕੇਜਰੀਵਾਲ ਨਹੀਂ ਗਏ ਹੁਣ ਦੂਸਰਾ ਸੱਮਨ ਅੱਜ ਵਾਸਤੇ ਭੇਜਿਆ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਨੇ ਨਵੇਂ ਸੱਮਨਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ਸੂਤਰ ਦੱਸਦੇ ਨੇ ਕਿ ਕੇਜਰੀਵਾਲ ਆਪਣੇ ਵਕੀਲ ਜ਼ਰੀਏ ED ਨੂੰ ਲਿਖਤੀ ਜਵਾਬ ਭੇਜ ਰਹੇ ਨੇ ਕੇਜਰੀਵਾਲ ਨੇ ਉਹਨਾਂ ਹੋਰਨਾ ਸੱਮਨਾਂ ਦੇ ਵੀ ਕੋਹ ਕੀਤੀ ਹੈ ਜੋ ED ਵੱਲੋਂ ਵੱਖ-ਵੱਖ ਖਾਸਤਿਆਂ ਨੂੰ ਭੇਜੇ ਗਏ ਨੇ ਤੇ ਅਦਾਲਤਾਂ ਨੇ ਅਜਿਹੇ ਸੱਮਨਾਂ ਨੂੰ ਗੈਰ ਕਾਨੂੰਨੀ ਦੱਸਿਆ ਸੀ ਕੇਜਰੀਵਾਲ ਕੱਲ 10 ਦਿਨਾਂ ਦੇ ਧਿਆਨ ਕੋਰਸ ਲਈ ਹੁਸ਼ਿਆਰਪੁਰ ਸ਼ਹਿਰ ਦੇ ਨੇੜਲੇ ਪਿੰਡ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਕੇਂਦਰ ਪਹੁੰਚ ਗਏ ਵਿਪਾਸਨਾ ਦਾ ਇੱਕ ਮੂਲ ਸਿਧਾਂਤ ਸਰਲਤਾ ਹੈ ਪਰ ਇਸਦੇ ਐਨ ਉਲਟ ਕੇਜਰੀਵਾਲ ਪੂਰੇ ਲਾਮ ਲਸ਼ਕਰ ਨਾਲ ਦਿੱਲੀ ਤੋਂ ਇੱਥੇ ਪਹੁੰਚੇ ਪ੍ਰੋਟੋਕੋਲ ਦੇ ਮੁਤਾਬਕ ਮੁੱਖ ਮੰਤਰੀ ਦੇ ਨਾਲ ਹਰ ਵਕਤ ਸੁਰੱਖਿਆ ਦਾ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕੇਜਰੀਵਾਲ ਦਾ ਹੈਲੀਕਾਪਟਰ ਜਦੋਂ ਜੀਸੀਟੀ ਫੁੱਟਬਾਲ ਗਰਾਊਂਡ ਚੌਹਲ ਉਤਰਿਆ ਤਾਂ ਉਹਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਤਰੇ ਕਿਸੇ ਆਮ ਆਦਮੀ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ ਹਾਲਾਂਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ ਤੇ ਮੌਜੂਦ ਸਨ ਜਦੋਂ ਆਮ ਕਹਾਉਣ ਵਾਲੇ ਲੀਡਰਾਂ ਦਾ ਵੱਡਾ ਕਾਫਲਾ ਬਹੁਤ ਹੀ ਖਾਸ ਤਰੀਕੇ ਦੇ ਨਾਲ ਜੰਗਲਾਤ ਵਿਭਾਗ ਦੇ ਚੌਹਲ ਸਥਿਤ ਰੈਸਟ ਹਾਊਸ ਲਈ ਨਿਕਲਿਆ ਤਾਂ ਆਮ ਆਦਮੀ ਦਾ ਉੱਥੋਂ ਨਿਕਲਣਾ ਮੁਸ਼ਕਲ ਹੋ ਗਿਆ ਪੰਜਾਬ ਸਰਕਾਰ ਦੀ ਆਗੋਗ ਤੋਂ ਬਾਅਦ ਅਰਵਿੰਦ ਕੇਜੀਵਾਲ ਆਪਣੀ ਆਤਮਾ ਦੀ ਸ਼ੁੱਧੀ ਲਈ ਵਿਪਾਸਨਾ ਸੈਂਟਰ ਪਹੁੰਚ ਗਏ ਤੇ ਅੱਜ ਤੋਂ ਲੈ ਕੇ 10 ਦਿਨ ਕੇਜੀਵਾਲ ਇੱਥੇ ਹੀ ਰਹਿਣਗੇ ਇਸ ਸਮੇਂ ਦੌਰਾਨ ਬਾਰੀ ਦੁਨੀਆ ਤੋਂ ਕੱਟੇ ਰਹਿਣਗੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਰੱਖਣਗੇ ਪਹਿਲਾਂ ਅਰਵਿੰਦ ਕੇਜੀਵਾਲ ਹਵਾਈ ਅੱਡੇ ਤੇ ਉਤਰੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਚੰਤਪੁਰਨੀ ਮਾਰਗ ਤੇ ਸਥਿਤ ਜੀਸੀਟੀ ਮਿਲ ਚੋਹਾਨ ਚੋਹਾਲ ਦੇ ਵਿੱਚ ਬਣੇ ਹੈਲੀਪੈਡ ਤੇ ਉਤਰੇ ਤਿਆਦਮਪੁਰ ਤੋਂ ਹੁਸ਼ਿਆਰਪੁਰ ਦਾ ਸੜਕੀ ਰਾਹ ਸਿਰਫ 20 ਕਿਲੋਮੀਟਰ ਦਾ ਹੈ ਅੱਧੇ ਘੰਟੇ ਦੇ ਵਿੱਚ ਸੜਕ ਰਾਹੀਂ ਪਹੁੰਚਿਆ ਜਾ ਸਕਦਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 143 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 20 ਤੋਂ ਲੈ ਕੇ ਯਾਨੀ ਕਿ ਕੱਲ ਤੋਂ ਲੈ ਕੇ 31 ਦਸੰਬਰ ਤੱਕ ਵਣਮੰਡਲ ਰੈਸਟ ਹਾਊਸ ਚੋਹਾਲ ਤੇ 20 ਤੋਂ 29 ਦਸੰਬਰ ਤੱਕ ਧੰਮ ਧਜ ਵਿਪਾਸਨਾ ਸਾਧਨਾ ਕੇਂਦਰ ਆਨੰਦਗੜ ਮਹਿਲਾਵਾਲੀ ਦੇ ਆਸ-ਪਾਸ ਡਰੋਨ ਕੈਮਰਾ ਚਲਾਉਣ ਜਾਂ ਉਡਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਯਾਨੀ ਕਿ ਸਾਧਨਾ ਕੇਂਦਰ ਦੇ ਨੇੜੇ ਡਰੋਨ ਤੇ ਪਾਬੰਦੀ ਲਾ ਦਿੱਤੀ ਹੈ ਅਰਵਿੰਦ ਕੇਜਰੀਵਾਲ ਦੀ 10 ਦਿਨਾਂ ਦੀ ਸਾਧਨਾ ਤੇ ਵਿਰੋਧੀਆਂ ਦੇ ਵੀ ਪ੍ਰतिकਰਮ ਸਾਹਮਣੇ ਆਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ED 30 ਗ੍ਰਿਫਤ ਤੋਂ ਬਚਾਉਣ ਦੇ ਲਈ ਸਰਕਾਰੀ ਪੁਸ਼ਤ ਪਨਾਹੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਇਸ 10 ਦਿਨਾਂ ਦੇ ਸਾਧਨਾ ਕੈਂਪ ਨੂੰ ਡਰਾਮਾ ਦੱਸਿਆ ਹੈ। BJP ਦੇ ਸੀਨੀਅਰ ਲੀਡਰ ਤਿਕਸ਼ਨ ਸੂਦ ਨੇ ਵੀ ਕਿਹਾ ਕਿ ED ਤੋਂ ਬਚਣ ਲਈ ਅਰਵਿੰਦ ਕੇਜਰੀਵਾਲ ਨੇ ਮੈਡੀਟੇਸ਼ਨ ਦਾ ਸਹਾਰਾ ਲਿਆ। ਇਸੇ ਤਰ੍ਹਾਂ BJP ਲੀਡਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਦੇ ਧਿਆਨ ਕੇਂਦਰ ਨੂੰ ਚੁਣਨਾ ਵੀ ਸਿਆਸਤ ਤੋਂ ਪ੍ਰੇਰਿਤ ਲੱਗਦਾ ਹੈ। ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਸਰਕਾਰੀ ਖਰਚੇ ਤੇ ਜ਼ਿਆਦਾ ਛੂਟੇ ਦਿਵਾਉਂਦੇ ਨੇ ਇਸ ਲਈ ਉਹਨਾਂ ਦੀਆਂ ਪੰਜਾਬ ਫੇਰੀਆਂ ਵੱਧ ਰਹੀਆਂ ਨੇ